ਲੱਖ ਰੁਪਈਆ ਵਾ, 20 ਲੱਖ ਰੁਪਈਆ ਆਪਾਂ ਨੂੰ ਮਿਲਣਾ ਵਾ, ਤੇ 3 ਲੱਖ ਤੇਰਾ ਕੀ ਮਤਲਬ 3 ਲੱਖ ਅਗਲੀ ਤੇਰੀ ਕਿਹੜਾ ਪਛਾ ਲੱਗਣੀ? ਤੂੰ ਪਾਸੇ ਕਹਿੰਦਾ ਜਿਹੜਾ ਬੰਦਾ ਨਾ ਉਹ ਪਾਗਲ ਹੋਇਆ ਵਾ ਤੇ ਉਹਨੂੰ ਇਹ ਕਹਿਣਾ ਕਿ ਮੈਂ ਤੇਰੀ ਬੇਗਮ ਆ। ਹਾਂ ਜੇ ਤੂੰ ਬੇਗਮ ਹੋਈ ਨਾ ਉਹਨੇ ਕਿਹਾ ਜਿਹੜਾ ਔਰਤ ਲੱਭ ਕੇ ਲੈ ਆਏਗਾ ਉਹਨੂੰ 20 ਲੱਖ ਰੁਪਈਆ ਦੇਵਾਂਗੇ। ਪਰ ਤੂੰ ਛੇਤੀ ਛੇਤੀ ਉਹਨੂੰ ਬੁਲਾ ਦੇਖੀ, ਉਹਨੂੰ ਮਿੰਟਾਂ 'ਚ ਫਾਰੇ ਕਰਾਂਦੀ ਇੰਜ ਕਰਕੇ ਐਸ ਨੂੰ ਜੀ ਕਰਾਂਗੀ ਤੂੰ ਫਾਰੇ ਹੋ ਜਾਏਗਾ। ਇੰਨੀ ਛੇਤੀ ਵੀ ਨਹੀਂ ਫਾਰੇ ਕਰਨਾ, ਅਗਲਾ ਕਹੇ ਵੀ ਬੰਦੇ ਪੈਸੇ ਵੱਧ ਮੰਗਾ ਲੈ, ਉਹਨੂੰ ਟਾਈਮ ਨਾਲ ਫਾਰੇ ਕਰਨਾ ਅਗਲੇ ਨੂੰ ਕਹੋ ਚਾਰ ਇੰਜ ਕਰਕੇ ਫਾਰੇ ਕਰਾਂਗੇ। ਉਹਨੂੰ ਇੰਨੀ ਛੇਤੀ ਫਾਰੇ ਨਹੀਂ ਕਰਨਾ, ਉਹਨੂੰ ਇਹ ਦੱਸਣਾ ਕਿ ਕੰਮ ਔਖਾ ਵਾ। ਉਹ ਤੂੰ ਛੇਤੀ ਬੁਲਾ ਵੇਖ ਦੇਸੀ ਘਿਓ ਖਾਦਨ ਦੇਸੀ ਘਿਓ ਹੈ ਵੇਖ ਦੇਸੀ ਸਾਨੂੰ ਪਤਾ ਨਹੀਂ ਪਕੌੜਿਆਂ ਵਾਲਾ ਤੇਲ ਲੜਿਆ ਸਾਡੇ ਆਵਾਜ਼ ਨਹੀਂ ਆਉਂਦੀ। ਪਰ ਤੇਰੇ ਕਿੰਨੀ ਆਵਾਜ਼ ਆਉਂਦੀ ਮਾਂ ਨਾ ਮਿਲਾ ਫਿਰ ਕਰ ਚਲਾ ਕਰੀ 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 ਆ ਵੇਖੀ ਆ ਵਾਟਲ ਵੇਖੀ। ਹਾਂਜੀ ਹਾਂਜੀ ਲੋਕਾਂ ਦੀ ਮੇਰੇ ਦਾ ਲੋਕਾਂ ਦੀ ਨਹੀਂ ਮੇਰੇ ਪਿਓ ਦੀ ਮੇਰਾ ਤਾਂ ਲੋਕਾਂ ਦੀ ਆ ਬਈ ਲੋਕਾਂ ਦੀ ਸਾਡੇ ਇਧਰੋਂ ਆਵਾਜ਼ ਨਹੀਂ ਆਉਂਦੀ ਇੱਥੋਂ ਆਉਂਦੀ ਹੈ ਇੱਥੋਂ ਆਉਂਦੀ। ਅਸਲੀ ਸਹੀ ਗੱਲ ਆ ਸਹੀ ਗੱਲ ਆ ਅਸਲ ਆ ਤਾਂ ਹੀ ਤਾਂ 20 ਲੱਖ ਲੈਣਾ। ਛੇਤੀ ਛੇਤੀ ਕਰ ਲਓ ਛੇਤੀ ਛੇਤੀ ਕਰ ਲਓ ਛੇਤੀ ਛੇਤੀ ਕਰ ਲਓ ਇੱਕ ਬਾਰੇ ਇੱਕ ਬਾਰੇ ਇੱਕ ਬਾਰੇ ਇੱਕ ਬਾਰੇ ਪਤਾ ਕੀ ਮੇਰੀ ਗੱਲ ਸੁਣਾ ਪਤਾ ਕੀ ਗੱਲ ਇਹਨਾਂ ਨੂੰ ਨੀ ਦੱਸਣਾ ਅੱਛਾ ਉਹਨੂੰ ਕਹਿਣਾ ਕਿ ਮੈਂ ਹੀ ਤੇਰੀ ਔਰਤ ਆ ਅੱਛਾ ਮੈਂ ਹੀ ਤੇਰੀ ਬੇਗਮ ਹੋ 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 ਇਹਨਾਂ ਨੇ ਤਾਂ ਪਤਾ ਨਹੀਂ 20 ਲੱਖ ਦੇਣਾ ਕਿ ਨਹੀਂ ਜਿਹੜਾ ਮੇਰੀ ਜੇਬ 'ਚ 700 ਤੂੰ ਉਹ ਵੀ ਲੈ ਜਾਣਾ ਮੈਨੂੰ ਚੱਲੀਏ ਰਹਿਣ ਦਾ 20 ਲੱਖ ਰੁਪਈਆ ਜੋ ਜਿੱਦਾਂ ਕਰਨ ਡਈ ਮੈਂ ਤੇਰੇ ਉੱਤੋਂ ਹੋਰ 40 ਕਮਾ ਲੈਣਾ ਦਿਲ ਕਰ ਮੈਂ ਹੁਣ ਇਹਨੂੰ ਬੁਲਾਉਣਾ ਇਹਦੇ ਘਰ ਦੇ ਵਿੱਚੋਂ ਭਾਈ 20 ਲੱਖ ਵਾਲਾ ਕਿੱਥੇ ਆ ਆ ਜਾਂਦਾ ਨਾ ਜੇ ਉਹਦੇ ਸਾਹਮਣੇ ਬੇਗਮ ਪੂਰਾ ਪੜ ਕੇ ਰਹਾਂਗੇ ਇਹਨੇ ਕਿ 20 ਲੱਖ ਦੇਣਾ ਇਹਨੇ ਕੰਜਨ ਤਾਂ ਜੇਬ ਹੀ ਨਹੀਂ ਲਵਾਈ ਰੱਖਦੇ ਹੋਏ ਤੇ ਉੱਥੇ ਭਾਰੀ ਰੱਖਦੇ ਹੋ 20 ਲੱਖ ਰੁਪਈਆ ਮੈਨੂੰ ਲੱਗਦਾ ਭੰਨ ਕੇ ਦੇਣਾ ਤੁਸੀਂ ਤੂੰ ਗੁਆਚ ਗਈ ਸੀ ਨਾ ਉਹ ਪਰੇਸ਼ਾਨ ਸੀ ਦੇਲਾ ਰੋੜਾ ਗਰਮ ਕਰਕੇ ਟਕੋਰਾਂ ਦੇਣ ਡਿਆ ਭਾਈ ਉਹ ਤੁਹਾਡੀ ਬੇਗਮ ਆ ਗਈ ਆ ਮੈਨੂੰ 20 ਲੱਖ ਰੁਪਈਆ ਦੇ ਦਿਓ ਹੈਲੋ ਮੇਰੀ ਜਾਨ ਮੇਰੀ ਜ਼ਿੰਦਗੀ ਆ ਦੇਖਾ 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 ਭਾਈ 20 ਲੱਖ ਦੇ 20 ਲੱਖ ਦੇ ਮੇਰੀ ਜਾਨ ਤੁਹਾਡੇ ਘਰਦਿਆਂ ਨੇ ਵਾਇਰਿੰਗ ਸਹੀ ਨਹੀਂ ਕੀਤੀ ਆ ਪੱਖਾ ਘੱਟ ਵੱਧ ਕਰਨ ਵਾਲਾ ਬਟਨ ਦੇ ਕਿੱਥੇ ਲਾਇਆ ਉਹਨੇ ਆ ਬੇਗਮ ਤੁਹਾਡੀ ਲੱਭ ਗਈ ਭਾਈ ਮੈਨੂੰ 20 ਲੱਖ ਦੇ ਪਹਿਲੇ 20 ਲੱਖ ਦੇ ਦੇ ਤੇਰੀ ਮਿਹਰਬਾਨੀ ਆ 20 ਲੱਖ ਰੁਪਇਆ ਦੇ ਦੇ ਆਓ ਇੱਧਰ ਆਓ ਤੁਹਾਡੀ ਬੇਗਮ ਭਾਈ ਨੂੰ ਪਛਾਣੋ ਗੇੜਾ ਕੱਢ ਗੇੜਾ ਕੱਢ ਗੇੜਾ ਕੱਢ ਗੇੜਾ ਕੱਢ ਹਾਂ ਇੱਦਾਂ ਨਹੀਂ ਇੱਦਾਂ ਨਹੀਂ ਇੱਦਾਂ ਕਰ ਇੱਦਾਂ ਕਰ ਇੱਦਾਂ ਗੇੜਾ ਕੱਢ ਇਹਦਾ ਹਾਂ ਹਾਂ ਕੱਢ 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 ਹਾਂ ਗੇੜਾ ਕੱਢ ਗੇੜਾ ਕੱਢ ਲਓ ਭਾਈ ਦੱਸੋ ਤੁਹਾਡੀ ਬੇਗਮ ਨਹੀਂ ਲਿਆ 20 ਲੱਖ ਰੁਪਈਏ ਦਿਓ ਲਿਆ ਪਾਓ ਤੁਹਾਡੀ ਮਿਹਰਬਾਨੀ ਪਾ ਦੇ ਪਾ ਦੇ ਪਾ ਦੇ ਤੁਹਾਡੀ ਮਿਹਰਬਾਨੀ ਇਹ 20 ਲੱਖ ਭਾਈ ਪਾਉਣਾ ਏਦਾਂ ਦਾ ਤਾਂ ਮੇਰੇ ਘਰ ਬਹੁਤ ਪਏ ਅਸੀਂ ਕਿਹੜਾ ਪਲਸਤਰ ਕਰਾਇਆ ਵੀਰੇ ਸਾਡੇ ਉਦਾਂ ਹੀ ਆ ਸਾਰਾ ਤੁਹਾਡੀ ਬੇਗਮ ਆ ਭਾਈ ਬੇਗਮ ਇਹ
ਇਹ ਤੇਰੀ ਨਾ ਗਰੀ ਕੱਢ ਦੇਵੇ ਮੈਨੂੰ ਲੱਗਦਾ। ਜੇ ਤਾਂ ਇੱਟ ਫੜੀਏ ਤਾਂ ਧਿਆਨ ਨਾਲ ਰਹਿਣਾ, ਐਵੇਂ ਕੰਜਰ ਤੇਰੀ ਨਾ ਦੁਕਾਨਦਾਰੀ ਭੰਨ ਕੇ ਚਲੇ ਜਾਣਾ। ਮੁੜ ਕੇ ਤੁਸੀਂ 20 ਲੱਖ ਲੈਣਾ, ਮੁੜ ਕੇ ਅਸੀਂ 50,000 ਰੁਪਏ ਦੇ ਤਰਸਣਾ। ਫਰੈਸ਼ਨੈਸ ਤਾਂ ਮੰਗਦੀ ਹੈ ਤੁਹਾਨੂੰ। ਕੋਈ ਗੱਲ ਨਹੀਂ ਜਾਨ, ਸਾਡੇ ਕੋਲ ਇੱਕ ਹੋਰ ਰਸਤਾ ਵੀ ਪਿਆ ਹੈ। ਹਾਂਜੀ 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 ਹਾਂ, ਪੈਸੇ ਕਿਣੋ ਉੱਤੇ ਗੱਡੀ ਜਾਣ ਦੇਈ। ਅੱਛਾ ਹਾਂ, ਜੱਸੂ ਪੰਜੂ ਹਾਰ ਕਬੂਤਰ ਡੋਲੀ ਪੰਜ। ਅੱਛਾ ਡੋਲੀ ਤੱਕ ਜਾਣਾ। ਭਾਜੀ ਉਂਗਲਾਂ 'ਤੇ ਨਾ ਮਾਰੋ, ਮੈਂ ਪੈਸੇ ਗਿਣਨੇ ਕਾਹਦੇ ਨਾਲ। ਆ ਪੈਣਾ ਤਾਂ ਮਾਰ ਲਓ ਜੀ ਮਾਰਨੀ, ਲੇਕਿਨ ਮੈਨੂੰ 20 ਲੱਖ ਰੁਪਏ ਗੱਲ ਕਰੋ ਜਾਨ, ਮੇਰੀ ਜ਼ਿੰਦਗੀ, ਮੇਰੀ ਮੁਹੱਬਤ। ਭਾਈ ਨੂੰ ਪਛਾਣੋ, ਦੱਸੋ ਦੱਸੋ ਤੁਹਾਡੀ ਵੇ। ਇੱਧਰ ਹੋ ਜਾਓ, ਇੱਧਰ ਹੋ ਜਾਓ ਜਾਨੂੰ। ਮੈਨੂੰ ਐਂ ਲੱਗਦਾ ਜੀ ਮੈਂ ਤੂੰ ਸ਼ੀਸ਼ੇ ਅੱਗੇ ਖਲੋਤੀ ਹੈ। ਇੱਧਰ ਪੈਸੇ 20 ਲੱਖ ਰੁਪਇਆ ਲੈਣਾ ਪਹਿਲੇ ਤੋਂ। ਤੁਸੀਂ ਕਮਰੇ ਚ ਆਏ ਸੀ, ਤੁਸੀਂ ਮੇਰਾ ਕੌਂਡ ਚੁੱਕਿਆ ਸੀ, ਤੇ ਤੁਸੀਂ ਥੱਲੇ ਥੱਲੇ ਗਏ ਸੀ, ਤੇ ਜਦੋਂ ਤੁਸੀਂ ਕੀਤਾ ਸੀ ਗੱਲਾਂ ਇਹ ਦੱਸਣੀਆਂ ਜ਼ਰੂਰੀ ਆ। ਜ਼ਰੂਰ ਆ ਵੀ ਪੈਸੇ ਲਵੇੜ ਕੇ ਆਉਣੇ ਆ। ਓਏ ਇੱਦਾਂ ਹੀ ਪੈਸੇ ਲੈਣਾ 20 ਲੱਖ ਰੁਪਏ ਤੋਂ। ਮੇਰੀ ਗੱਲ ਸੁਣੋ, ਮੈਂ ਤੁਸੀਂ ਪਹਿਚਾਣੋ, ਮੈਂ ਤੁਹਾਡੀ ਬੀਵੀ ਆ। ਆ ਜਦੋਂ ਸੁਹਾਗਰਾਤ ਹੋਈ ਸੀ, ਹਾਂ ਤੁਸੀਂ, ਮੈਂ ਤੈਨੂੰ ਸੁਹਾਗਰਾਤ ਤੇ ਤੁਸੀਂ ਸੁਹਾਗਰਾਤ ਤੇ ਪਹਿਲਾ ਗਿਫਟ ਨੂੰ ਤਲਿਆ ਨਾ ਦਿੱਤਾ ਸੀ। ਉਹ ਖੁਸ਼ ਹੋ ਗਈ ਸੀ ਭਾਜੀ ਨੂੰ। ਯਾਦ ਕਰੋ ਯਾਦ ਕਰੋ, ਆ ਜਦੋਂ ਮੈਂ ਤਲਿਆ ਨਾ ਦਿੱਤਾ ਸੀ। ਹਾਂ ਹਾਂ ਹਾਂ, ਤੇ ਫਿਰ ਮੈਂ ਤੁਹਾਡੇ ਮੂੰਹ 'ਚ ਦਿੱਤਾ ਸੀ। ਹਾਂ ਵਾਪਸ ਗੁਰੂ ਜੀ, ਜਦੋਂ ਮੈਂ ਤੁਹਾਡੇ ਮੂੰਹ 'ਚ ਦਿੱਤਾ, ਤੁਸੀਂ ਝਰੀਟਾਂ ਪਾਤੀਆਂ ਸੀ ਉਹ ਨਾਮ ਦੇ ਉੱਤੇ ਐਂ ਚੰਜ ਕਰਕੇ। ਆਦਾ ਤੁਸੀਂ ਔਰਤ ਗੰਦੀ ਨਾ ਕਰੋ, ਪੈਸੇ ਮਾੜੇ ਘੱਟਦੇ ਦੇ ਦਿਓ। ਰੁਪਈਆ 17 ਲੱਖ ਦੇ ਦਿਓ, ਔਰਤ ਚੁੱਪ ਕਰਕੇ ਰੱਖ ਲਓ, ਤੁਹਾਡੀ ਮਿਹਰਬਾਨੀ। ਜੋ ਇਹ 'ਚ ਖਾਤਾ ਬਣਦਾ ਪਾ ਦੇ ਤੇਰੀ। ਹਾਂ ਪਹਿਲੇ ਬਾਹਰ ਛੱਡ ਗਿਆ ਮੈਂ ਭਾਈ, ਚੁੰਮੀ ਪਾਈ ਲੈਣੀ ਜ਼ਰੂਰੀ ਆ ਯਾਰ, ਮੇਰੀ ਬੁੱਢੀ ਨਿਸ਼ਾਨੀ ਆ। 2 ਲੱਖ ਹੋਰ ਘੱਟ ਦੇ ਦਿਓ ਮੈਨੂੰ, ਰੁਪਈਆ 12 ਲੱਖ ਦੇ ਦਿਓ, ਮੈਂ ਆਪਣੀ ਮਰਜ਼ੀ ਨਾਲ ਚੁੱਪ ਕਰਕੇ ਚਲੀ ਜੂ ਵੀਰੇ। ਆ ਚੁੰਮਣ ਚਮਈਆ ਬਾਅਦ 'ਚੋਂ ਕਰਦੇ ਰਹੀਓ। ਭਾਜੀ ਸਹੀ ਆਉਂਦੀ ਜਾਂਦੀ ਆ, ਤੁਹਾਨੂੰ ਹੋਰ ਕੀ ਚਾਹੀਦਾ? ਤੂੰ ਤੂੰ ਆ ਤੂੰ ਆ, ਹਾਂਜੀ ਤੂੰ ਆ। ਮੈਂ ਉਹ ਆਪਣੇ ਹਜ਼ਾਰਾਂ ਨਾਲ ਆਈ ਆ, ਮੈਂ ਆਪਣੇ ਹਜ਼ਾਰਾਂ ਨਾਲ ਆਉਣਾ ਭਾਜੀ। ਮੈਂ ਬੜੀ ਸਾਂਭ ਕੀਤੀ ਦਿਓ ਤੁਸੀਂ ਮੈਨੂੰ 20 ਲੱਖ ਰੁਪਇਆ ਦਿਓ।
ਯਾਰ ਵੱਡੇ ਆ ਯਾਰ ਅਬੇ ਯਾਰ ਉਹਦੇ ਵਾਲ ਐਡੇ ਐਡੇ ਇਹ ਵੇ ਕਿੱਡੇ ਯਾਰ ਨਹੀਂ ਆ ਰਹੇ ਉਹ ਹੁਣ ਤੈਨੂੰ ਆਪਣੀ ਕੀਮੇ ਵਾਲੀ ਟਿੱਕੀ ਦਿਖਾ ਦੇਵੇ